ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਆਪਾਂ ਉਸ ਪਵਿੱਤਰ ਸਥਾਨ 'ਤੇ ਬੈਠੇ ਹਾਂ ਜਿੱਥੇ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਬਚਪਨ ਦੇ ਵਿੱਚ ਆਪਣੀ ਲੀਲਾ ਕਰਦੇ ਸੀ। ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਗਊਆਂ ਚਾਰਦੇ ਸੀ, ਇਸ ਜਗ੍ਹਾ 'ਤੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਗਊਆਂ ਵਿਚਾਰੀਆਂ, ਭਗਤੀ ਕੀਤੀ, ਸਿਮਰਨ ਕੀਤਾ। ਅੱਜ ਅਸੀਂ ਉਸ ਜਗ੍ਹਾ 'ਤੇ ਇਹ ਠਾਠਾਂ ਮਾਰਦਾ ਸਮੁੰਦਰ ਸੰਗਤਾਂ ਦਾ ਦੇਖ ਰਹੇ ਹਾਂ, ਕਿਉਂਕਿ ਇਸ ਨਗਰ ਦੇ, ਇਸ ਹਲਕੇ ਦੇ, ਇਲਾਕੇ ਦੇ ਜਿਹੜੇ ਭਾਗ ਨੇ ਬਹੁਤ ਵੱਡੇ ਹਨ। ਕਿਉਂਕਿ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਪਰੋਪਕਾਰ ਦੇ ਕੰਮਾਂ ਨੂੰ ਅਪਣਾਉਣ ਵਾਸਤੇ ਜਨਮ ਲਿਆ, ਜਿਨ੍ਹਾਂ ਦੇ ਸਿਰ ਸੰਤ ਬਾਬਾ ਤੇਜਾ ਸਿੰਘ ਜੀ ਹੋਏ, ਉਹਨਾਂ ਦੇ ਜੋ ਸੁਪਨੇ ਸੀ ਅੱਜ ਅਸੀਂ ਪੂਰੀ ਰੀਝ ਦੇ ਨਾਲ ਅਤੇ ਅੱਖਾਂ ਦੇ ਨਾਲ ਦੇਖਦੇ ਹਾਂ। ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਆ, ਜਨਮ ਮਰਨ ਦੋਹੋਂ ਮਹਿ ਨਾਹੀਂ, ਜਨ ਪਰੋਪਕਾਰੀ ਆਏ, ਉਹ ਪਰੋਪਕਾਰ ਦੇ ਕੰਮ ਕਰਨ ਵਾਸਤੇ ਆਉਂਦੇ ਆ। ਸਾਧ ਸੰਗਤ ਜੀਓ, ਆਪਣੀ ਜਿਹੜੀ ਦੁਨਿਆਵੀ ਮਨੁੱਖ ਹੁੰਦੇ ਆ, ਇਹਨਾਂ ਦੀ ਉਮਰ ਕਿਸੇ ਦੀ 100 ਸਾਲ ਦੀ ਹੈ। ਅੱਜ ਸਾਡੇ ਵਿੱਚ ਜਿਹੜੇ ਸੰਤ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ, 151 ਸਾਲ ਦੀ ਉਮਰ, ਇਹ ਤਾਂ ਹੁਣ ਵਧੀ ਜਾਣੀ ਹੈ, ਇਹਨਾਂ ਦੀ ਘੱਟਦੀ ਨਹੀਂ। ਸੋ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਇਹ ਆਸ਼ਰਮ ਦੇ ਵਿੱਚ ਬਾਬਾ ਰਾਮ ਸਿੰਘ ਪੱਕਾ ਡੇਰਾ, ਬਾਬਾ ਬੂਟਾ ਸਿੰਘ, ਉਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ। ਉਹਨਾਂ ਦੇ ਪਾਏ ਪੂਰਨਿਆਂ 'ਤੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਜਿਹੜੇ ਗੱਦੀ 'ਤੇ ਵਿਰਾਜਮਾਨ ਨੇ, ਇਹਨਾਂ ਨੇ ਕਿੰਨਾ ਵਧੀਆ ਬੀੜਾ ਚੁੱਕਿਆ। ਕਿਉਂਕਿ ਬਾਬਾ ਟੇਕ ਸਿੰਘ ਜੀ ਬੋਲਦੇ ਸੀ ਵੀ ਅੱਜ ਤਾਈਂ ਕਿਸੇ ਸੰਸਥਾ ਤੋਂ ਨਹੀਂ ਚੁੱਕਿਆ ਗਿਆ। ਇਹਨਾਂ ਨੇ ਇੱਕ ਪਨੀਰੀ ਤਿਆਰ ਕੀਤੀ ਹੈ ਛੋਟੇ ਛੋਟੇ ਬੱਚਿਆਂ ਦੀ। ਅਸੀਂ ਦੇਖਦੇ ਹਾਂ ਦੇਸਾਂ ਵਿਦੇਸਾਂ ਦੇ ਵਿੱਚ ਜਾ ਕੇ, ਨਾਲੇ ਤਾਂ ਗੁਰਮਤਿ ਵਿੱਦਿਆ, ਨਾਲੇ ਇੰਗਲਿਸ਼, ਜਿੰਨੀਆਂ ਵੀ ਪੜ੍ਹਾਈਆਂ, ਕੋਈ ਡਾਕਟਰ ਬਣਦਾ, ਕੋਈ ਜੱਜ ਬਣਦਾ, ਵੱਡੇ ਵੱਡੇ ਅਫਸਰ ਬਣਦੇ ਹੈ। ਇਹ ਕਿੰਨਾ ਦੀ ਇਹ ਮਹਾਂਪੁਰਸ਼ ਬੈਠੇ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਕਹਿੰਦੇ ਗੁਰਮੁਖ ਬੁੱਢੇ ਨਾਹੀਂ। ਮੈਨੂੰ ਕਹਿ ਦਿੰਦੇ ਵੀ ਸੰਤ ਬਾਬਾ ਇਕਬਾਲ ਸਿੰਘ ਬੁੱਢੇ ਹੋ ਗਏ, ਮੈਂ ਕਿਹਾ ਬਾਈ ਗੁਰਮੁਖ ਨਹੀਂ ਬੁੱਢੇ ਹੁੰਦੇ, ਬੁੱਢੇ ਤਾਂ ਆਪਾਂ ਹੋਣੇ ਹੈ। ਸੋ ਇਸ ਕਰਕੇ ਅਸੀਂ ਤਾਂ ਜੋ ਨਜ਼ਾਰਾ ਤੱਕ ਰਹੇ ਹਾਂ ਵੀ ਬਹੁਤ ਹੀ ਆਨੰਦਮਈ ਨਜ਼ਾਰਾ। ਸਾਡੇ ਵੱਡੇ ਭਾਗ ਨੇ ਇਸ ਨਗਰ ਦੇ ਸੰਗਤਾਂ ਦੇ, ਜਿਹਨੇ ਇੰਨੀਆਂ ਇੰਨੀਆਂ ਸਾਨੂੰ ਇੱਥੇ ਵਸਤੂਆਂ, ਇੰਨੀਆਂ ਇੰਨੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ। ਸੋ ਅਸੀਂ ਤਾਂ ਇਹਨਾਂ ਨੂੰ ਦਿਲੋਂ ਨਮਸਕਾਰ ਕਰਦੇ ਹਾਂ। ਇਹੀ ਸਾਡੀ ਸੱਚੀ ਅਤੇ ਸੁੱਚੀ ਭਗਤੀ ਹੈ ਭਾਈ। ਆਪਾਂ ਨਸ਼ਿਆਂ ਨੂੰ ਤਿਆਗੀਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਕਿਉਂ ਗੁਰੂ ਗ੍ਰੰਥ ਸਾਹਿਬ ਆਪਣੇ ਸਾਰੇ ਸਿੱਖਾਂ ਦਾ ਭਾਈ ਗੁਰੂ ਹੈ। ਇੰਨੀ ਹਾਜ਼ਰੀ ਲਵਾਉਂਦੇ ਹੋਏ ਅਸੀਂ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।